ਪੈਰਿਸ ਓਲੰਪਿਕ ਦੀ ਗੱਲ ਕਰੀਏ ਤਾਂ ਕੱਲ੍ਹ ਦੇਸ਼ ਨੂੰ ਆਸ ਬੱਝੀ ਸੀ ਕਿ ਕੱਲ੍ਹ ਇੱਕ ਗੋਲਡ ਜਿਹੜਾ ਉਹ ਪੱਕਾ ਹੁੰਦਾ ਹੋਇਆ ਨਜ਼ਰ ਆ ਰਿਹਾ। ਵਿਨੇਸ਼ ਫੋਗਾਟ ਜਿਹੜੀ ਸਿਲਵਰ ਮੈਡਲ ਲਗਭਗ ਪੱਕਾ ਕਰ ਚੁੱਕੀ ਸੀ, ਲੇਕਿਨ ਅੱਜ ਜਿਸ ਢੰਗ ਦੇ ਨਾਲ ਉਸਨੂੰ ਕੁਛ ਗ੍ਰਾਮ ਵਜ਼ਨ ਵਧਣ ਕਰਕੇ ਡਿਸਕੁਆਲੀਫਾਈ ਕੀਤਾ ਗਿਆ, ਇੱਕ ਵੱਡਾ ਮਸਲਾ ਬਣਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਇਹ ਵੀ ਕਿਹਾ ਜਾ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ, ਉੱਥੇ ਹੀ ਹੁਣ ਤੱਕ ਲਗਭਗ 74,447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ੍ਹੇ ਨੇ। ਮੇਰਾ ਨਾਮ ਤੁਸ਼ਾਰ ਜੈਨ ਹੈ, ਮੈਂ ਬਸੰਤ ਔਟੋ ਟੈਕ LLP ਦਾ CEO ਹਾਂ ਅਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਡੂ ਸਿੰਘੇ ਦੇ ਵਿੱਚ ਆਪਣਾ ਇਹ ਨਵਾਂ ਪਲਾਂਟ ਲਗਾਇਆ। ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਉਣੀ ਅਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ, ਨਾ ਕਿਸੇ ਦਫ਼ਤਰ ਦੇ ਵਿੱਚ ਧੱਕੇ ਖਾਣੇ ਪਏ, ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ EMDIC ਦੇ ਕੋਲੋਂ ਹੋਈ ਔਰ ਅਸੀਂ ਔਨਲਾਈਨ ਆਪਣੀ ਕੋਮਨ ਐਪਲੀਕੇਸ਼ਨ ਫੋਰਮ ਆਪ ਫਿਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟ੍ਰਾਂਸਪੈਰੈਂਸੀ ਵੱਧ ਗਈ ਅਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਹੀਂ ਖਰਾਬ ਕਰਨੇ ਪੈਂਦੇ। ਇੰਨੇ ਨਹੀਂ, ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਕਿਆ ਕੋਈ ਇਹ ਸਾਜ਼ਿਸ਼ ਹੈ ਕਿ ਜਿਹੜੀ ਵਿਨੇਸ਼ ਸਿਸਟਮ ਖਿਲਾਫ ਲੜਦੀ ਨਜ਼ਰ ਆਉਂਦੀ ਸੀ, ਉਸ ਤੋਂ ਬਾਅਦ ਓਲੰਪਿਕ ਦੇ ਵਿੱਚ ਉਸਦੀ ਪਰਫੋਰਮੈਂਸ ਜਿਹੜੀ ਹੈ ਉਹ ਸਾਰੇ ਦੇਖ ਰਹੇ ਸੀ ਕਿ ਕਿਸ ਢੰਗ ਦੇ ਨਾਲ ਉਹ ਦੁਰੰਦਰ ਖਿਲਾੜੀਆਂ ਨੂੰ ਹਰਾਉਂਦੀ ਹੋਈ ਗੋਲਡ ਵੱਲ ਨੂੰ ਅੱਗੇ ਵੱਧ ਰਹੀ ਸੀ। ਡਾਕਟਰ ਬਲਜੀਤ ਕੌਰ, ਕੈਬਨਿਟ ਮਿਨਿਸਟਰ ਪੰਜਾਬ, ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ। ਮੈਮ, ਵਿਨੇਸ਼ ਫੋਗਾਟ ਦੀ ਗੱਲ ਕਰੀਏ, ਪਹਿਲਾਂ ਸਿਸਟਮ ਨਾਲ ਲੜੀ ਔਰ ਫਿਰ ਓਲੰਪਿਕ ਦੇ ਵਿੱਚ ਆਪਣੀ ਪਰਫੋਰਮੈਂਸ ਵਿਖਾਉਂਦੇ ਹੋਏ ਗੋਲਡ ਤੱਕ ਪਹੁੰਚ ਗਈ ਸੀ, ਲੇਕਿਨ ਅੱਜ ਡਿਸਕੁਆਲੀਫਾਈ ਕਰ ਦਿੱਤਾ ਗਿਆ, ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਸਿਆਸਤ ਪੁਰਜ਼ੋਰ ਤਰੀਕੇ ਨਾਲ ਸਰਗਰਮ ਹੋ ਗਈ ਹੈ ਕਿ ਕੋਈ ਸ਼ੜਯੰਤਰ ਤਾਂ ਨਹੀਂ ਜਿਹੜਾ ਵਿਨੇਸ਼ ਨੂੰ ਹਰਾਉਣ ਦੇ ਵਿੱਚ ਅੱਗੇ ਆਉਂਦਾ ਹੋਇਆ ਨਜ਼ਰ ਆਇਆ? ਪਹਿਲਾਂ ਤਾਂ ਮੈਂ ਕਹਾਂਗੀ ਕਿ ਚਲੋ ਹਾਰਡ ਲੱਕ ਕਈ ਵਾਰ ਹੋ ਜਾਂਦਾ ਕਿ ਪਹੁੰਚਦੇ ਪਹੁੰਚਦੇ ਸਾਡੇ ਹੱਥੋਂ ਜਿਹੜੀ ਚੀਜ਼ ਨਿਕਲ ਜਾਂਦੀ ਹੈ, ਪਰ ਜਿਸ ਸ਼ਿੱਦਤ ਦੇ ਨਾਲ ਉਹ ਅੱਗੇ ਵਧੀ, ਜਿੰਨਾ ਜ਼ਿਆਦਾ ਦੇਖ ਕੇ ਮਾਣ ਮਹਿਸੂਸ ਹੋਇਆ ਇੰਡੀਆ ਨੂੰ, ਔਰ ਮੈਨੂੰ ਨਹੀਂ ਲੱਗਦਾ ਕਿ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਪਲੇਅਰ ਹਾਰ ਗਈ ਆ, ਇਸ ਤਰ੍ਹਾਂ ਦੀ ਪਲੇਅਰ ਪਿੱਛੇ ਹਟ ਗਈ, ਸਾਡੇ ਲਈ ਤਾਂ ਹਮੇਸ਼ਾ ਹੀ ਜਿੱਤੀ ਹੈ। ਪਰ ਜਿੱਥੇ ਕਿਤੇ ਮੈਨੂੰ ਲੱਗਦਾ ਕਿ ਲੋਕ ਬਹੁਤ ਜਲਦੀ ਕੈਚ ਕਰ ਲੈਂਦੇ ਨੇ ਕੋਈ ਗੱਲ, ਕਿਉਂਕਿ ਇੰਡੀਆ ਦੇ ਵਿੱਚ ਜੋ ਇੱਕ ਐਡੀ ਵੱਡੀ ਖਿਡਾਰਨ ਦਾ ਹਾਲ ਹੋਇਆ ਸੀ ਔਰ ਸਿਸਟਮ ਨਾਲ ਲੜਦੀ ਹੋਈ ਕਿਵੇਂ ਉਹਦੇ ਨਾਲ ਧੱਕੇਸ਼ਾਹੀ ਹੋਈ ਸੀ, ਔਰ ਉੱਥੇ ਜਦੋਂ ਕੋਈ ਇਹ ਨਿੱਕੀ ਜਿਹੀ ਗੱਲ 'ਤੇ ਰਿਜੈਕਸ਼ਨ ਹੋ ਜਾਂਦੀ ਹੈ ਤਾਂ ਉਹ ਲੋਕਾਂ ਦੇ ਮਨਾਂ 'ਚ ਆਟੋਮੈਟਿਕਲੀ ਡਾਊਟ ਹੋ ਜਾਂਦਾ। ਔਰ ਮੈਂ ਕਹਾਂਗੀ ਕਿ ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਵੱਡੇ ਵੱਡੇ ਸਫਲ ਹੁੰਦੇ ਲੋਕਾਂ ਨੂੰ ਵੀ ਪਿੱਛੇ ਕਰ ਦਿੰਦੀ ਹੈ, ਸੋ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ। ਲੱਗਦਾ ਹੈ ਕਿ ਕੋਈ ਸ਼ੜਯੰਤਰ ਹੋ ਸਕਦਾ, ਕਿਉਂਕਿ 50 ਗ੍ਰਾਮ ਵੇਟ ਮਾਇਨੇ ਨਹੀਂ ਰੱਖਦਾ ਇੱਕ ਖਿਡਾਰੀ ਹੋਈ, ਜਿਹੜੀ ਖਿਡਾਰੀ ਗੋਲਡ ਦਾ ਸੁਪਨਾ ਵੇਖਦੇ ਹੋਏ ਓਲੰਪਿਕ ਤੱਕ ਪਹੁੰਚੀ ਹੋਈ, 50 ਗ੍ਰਾਮ ਵਜ਼ਨ ਘਟਾਉਣਾ ਉਸ ਲਈ ਕੋਈ ਵੱਡੀ ਗੱਲ ਨਹੀਂ ਹੈ, ਈਵਨ ਕਿ ਇਹ ਵੀ ਕਿਹਾ ਜਾਂਦਾ ਵਾਲ ਘਟਾ ਦੇ ਉੱਤੇ 50 ਗ੍ਰਾਮ ਵਜ਼ਨ ਘੱਟ ਜਾਂਦਾ। ਦੇਖੋ ਜੀ, ਜਿਸ ਤਰ੍ਹਾਂ ਉਹਦੀ ਹਿਸਟਰੀ ਰਹੀ ਹੈ, ਜਿਸ ਤਰ੍ਹਾਂ ਉਹਦੀ ਲਾਈਫ ਦੇ
ਜੋ ਉਹਦੇ ਇਨ ਸ਼ਾਰਟ ਪੀਰੀਅਡ ਜਿਸ ਤਰ੍ਹਾਂ ਉਹਦੇ ਲਾਈਫ ਹਿਸਟਰੀ ਬਣੀ ਆ, ਤਾਂ ਉਹਨੂੰ ਦੇਖ ਕੇ ਹਰੇਕ ਦੇ ਮਨ 'ਚ ਡਾਊਟ ਜਾਂਦਾ ਵੀ ਵਾਕਈ ਕਿਤੇ ਪੋਲੀਟਿਕਸ ਦਾ ਸ਼ਿਕਾਰ ਤਾਂ ਨਹੀਂ ਹੋ ਗਈ, ਪਰ ਸੱਚ ਕਦੇ ਛੁਪਿਆ ਨਹੀਂ ਰਹਿੰਦਾ, ਸੱਚ ਜਲਦੀ ਸਾਹਮਣੇ ਆ ਜਾਂਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਘਰ ਜਾ ਰਹੇ ਨੇ, ਘਰਦਿਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਉਣਗੇ ਕੁਛ ਹੀ ਦੇਰ ਦੇ ਵਿੱਚ, ਕੀ ਕਹਿਣਾ ਚਾਹੋਗੇ? ਕਿ ਤੁਸੀਂ ਵੀ ਤਿਆਰੀ ਖਿੱਚ ਕੇ ਬੈਠੇ ਹੋ ਕਿ ਹਾਂ ਵਿਨੇਸ਼ ਨੂੰ ਮਿਲੀਏ, ਵਿਨੇਸ਼ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ? ਬਿਲਕੁਲ ਜੀ, ਜਦੋਂ ਇਸ ਤਰ੍ਹਾਂ ਦੇ ਖਿਡਾਰੀ ਸਾਡੇ ਜਿਹੜੇ ਦੇਸ਼ ਦਾ ਨਾਮ ਉੱਚਾ ਕਰ ਰਹੇ ਨੇ, ਔਰ ਉਹ ਵੀ ਆਪਣੇ ਦਮ 'ਤੇ, ਜਿਹਨਾਂ ਨੂੰ ਮਤਲਬ ਕਿ ਕਿਸੇ ਪਾਸੇ ਕੋਈ ਸਪੋਰਟ ਨਹੀਂ ਔਰ ਸਿਸਟਮ ਉਹਨਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਿਹਾ, ਔਰ ਇੱਥੋਂ ਤੱਕ ਪਹੁੰਚਣ, ਵਾਕਈ ਇਹੋ ਜਿਹੇ ਲੋਕਾਂ ਨੂੰ ਮਿਲਣ ਦਾ ਦਿਲ ਤਾਂ ਕਰਦਾ ਹੀ ਹੈ। ਔਰ ਮਾਨ ਸਾਹਿਬ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਚਾਹੇ ਖਿਡਾਰੀ ਹੋਣ ਜਾਂ ਕਿਸੇ ਵੀ ਵਰਗ ਨਾਲ ਸੰਬੰਧਿਤ ਲੋਕ ਹੋਣ, ਉਹਨਾਂ ਦੇ ਨਾਲ ਖੜ੍ਹੇ ਰਹੇ ਆ ਔਰ ਉਹਨਾਂ ਨੂੰ ਪ੍ਰੇਰਿਤ ਕਰਦੇ ਰਹੇ ਆ। ਸੋ ਮਾਣ ਹੁੰਦਾ ਕਿ ਅਸੀਂ ਇਹੋ ਜਿਹੇ ਮੁੱਖ ਮੰਤਰੀ ਦੇ ਨਾਲ ਕੰਮ ਕਰ ਰਹੇ ਹਾਂ। ਤੁਸੀਂ ਕਿੱਦਾਂ ਵੇਖਦੇ ਹੋ ਖੇਡ ਦੇ ਵਿੱਚ ਸਿਆਸਤ? ਪਹਿਲਾਂ ਆਹੀ ਉਹ ਖਿਡਾਰੀ ਸੀ ਜਿਹੜੇ ਬ੍ਰਿਜ ਭੂਸ਼ਣ ਸ਼ਰਨ ਖਿਲਾਫ਼ ਪ੍ਰੋਟੈਸਟ ਕਰਦੇ ਹੋਏ ਨਜ਼ਰ ਆਏ ਸੀ, ਸੜਕਾਂ ਦੇ ਉੱਪਰ ਰੁਲਦੇ ਹੋਏ ਨਜ਼ਰ ਆਏ ਸੀ, ਅੱਜ ਆਹੀ ਜਦੋਂ ਦੇਸ਼ ਦਾ ਮਾਣ ਵਧਾਉਂਦੇ ਨੇ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਿਆਸਤ ਨਹੀਂ ਹੋਣੀ ਚਾਹੀਦੀ ਖਿਡਾਰੀਆਂ ਦੇ ਨਾਲ? ਮੈਨੂੰ ਲੱਗਦਾ ਕਿ ਪੋਲੀਟਿਕਸ ਦੇ ਵਿੱਚ ਜਾਂ ਕੋਈ ਵੀ ਸਿਆਸੀ ਲੀਡਰ ਹੈ, ਇੱਕ ਵੱਡੀ ਸੋਚ ਆਪਣੀ ਦਿਖਾਉਣੀ ਚਾਹੀਦੀ ਹੈ। ਜੇਕਰ ਅਸੀਂ ਆਪਣੇ ਲੋਕਾਂ ਦੇ ਖਿਲਾਫ਼ ਖੜ੍ਹੇ ਹੋ ਗਏ, ਕਿਉਂਕਿ ਜੇ ਕੋਈ ਲੀਡਰ ਬਣਦਾ ਤਾਂ ਲੋਕਾਂ ਨੇ ਉਹਦੇ ਅਗੇਂਸਟ ਵੀ ਬੋਲਣਾ, ਉਹਨਾਂ ਦੀ ਫੇਵਰ 'ਚ ਵੀ ਬੋਲਣਾ, ਐਂਡ ਵੀ ਹੈਵ ਟੂ ਐਕਸੈਪਟ ਐਵਰੀਥਿੰਗ। ਸੋ ਜਿੰਨਾ ਲੋਕਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਸਾਨੂੰ ਇੱਕ ਇੱਕ ਬੰਦੇ ਦੀ ਸੋਚ ਦਾ ਐਨਾਲਿਸਿਸ ਵੀ ਕਰਨਾ ਚਾਹੀਦਾ ਔਰ ਇੱਕ ਵੱਡਾ ਦਿਲ ਰੱਖਣਾ ਚਾਹੀਦਾ। ਜੇਕਰ ਇਸ ਤਰ੍ਹਾਂ ਹੋਇਆ ਤਾਂ ਨਿੰਦਣਯੋਗ ਕਦਮ ਹੈ। ਬਿਲਕੁਲ, ਦੇਖੋ ਦਿਲ ਵੱਡਾ ਰੱਖਣਾ ਚਾਹੀਦਾ ਔਰ ਖਿਡਾਰੀਆਂ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ, ਆਹੀ ਅੱਜ ਹਰ ਦੇਸ਼ਵਾਸੀ ਕਹਿੰਦਾ ਨਜ਼ਰ ਆ ਰਿਹਾ, ਕਿਉਂਕਿ ਦਿਲ ਜ਼ਰੂਰ ਟੁੱਟੇ ਨੇ। ਇੱਕ ਗੋਲਡ ਦੀ ਆਸ ਸੀ ਔਰ ਅੱਜ ਉਹ ਆਸ ਖਤਮ ਹੁੰਦੀ ਹੋਈ ਨਜ਼ਰ ਆਈ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਮੋਹਾਲੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।